मित्रों, नेवर फोल्ड एंड नेवर बैक डाउन। नहीं माड़ा मेरा सिद्धू मर्जी आया शहरी न्याणे यही शहरी न्याणे साढ़े ਨਿੱਕੂ ਫੈਮਿਲੀ ਕੀ ਹਾਲ ਚਾਲ ਜੇ ਵਧੀਆ ਹੋ ਤਕੜੇ ਹੋ ਰਾਜ ਭਾਜੀ ਹੋ ਅਤੇ ਮੈਂ ਆਇਆ ਸੀਗਾ ਘਰ ਅੱਜ ਆਪਣੀ ਸ਼ੋਪ ਤੋਂ ਅਤੇ ਮੈਂ ਆ ਕੇ ਦੇਖਿਆ ਕਿ ਮੇਰੇ ਅੱਬੂ ਜੀ ਜਿਹੜੇ ਆ ਉਹ ਅੱਜ ਵੱਖਰੀ ਡਿਸ਼ ਬਣਾ ਰਹੇ ਆ ਅਤੇ ਫਿਰ ਸਾਡਾ ਚੈਨਲ ਲਾਈਕ ਕਰ ਲਓ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ। ਲਓ ਜੀ ਆਹ ਹੁਣ ਨਵਾਂ ਹੀ ਪਖੰਡ ਆ ਗਿਆ ਕੋਈ ਐਨੂੰ ਪਤਾ ਨਹੀਂ ਕੀ ਮੋੜ ਮੋੜ ਕੇ ਪਰਾਂਠੇ ਬਣਾਉਣੇ ਆ ਅਤੇ ਆਹ ਬਣ ਜਾਣਾ ਉੱਤੇ ਹੁਣ ਫਿਟੇ ਬੁੱਝ ਬੜੀ ਹਾਂਜੀ ਯੂਟਿਊਬ ਫੈਮਲੀ ਲਓ ਜੀ ਆਹ ਪਰਾਂਠਾ ਬਣ ਗਿਆ ਜੀ ਮੇਰੇ ਬੁੱਝ ਬਣਾ ਰਹੇ ਨਾਲ ਹੈਲਪ ਕਰਾ ਰਹੇ ਆ। ਲਓ ਜੀ ਪਰਾਂਠਾ ਬਣ ਗਿਆ ਵਾ ਲੱਛੇਦਾਰ ਪਰਾਂਠਾ ਜੀ ਲੱਛੇਦਾਰ ਗੋਲ ਗੋਲ ਘੁਮਾਟੂ ਹੈ इधर वे भाई हमें बैठे वे भाई खा यार पराठा हाँ चिल कर हम मोबाइल छड़ दे दो मिनट हूँ साड़ी है छोटी जी भतीजी आ चटनी जी है जी चटनी चूसती पी आ माणो ये चूही आता पता है शहरी न्याणे जी शहरी न्याणे भाई चटनी ने बगैर ही खाना ही ਆਹ ਫਰੰਟ ਆਹ ਜਿਹੜਾ ਪਰਾਠਾ ਬਣਿਆ ਨਾ ਇਹ ਸੱਤ ਚਾਵਾਂ ਨਾਲ ਬਣਿਆ ਵਾ ਪਹਿਲੀ ਹੈਗੀ ਹੈ ਜੀ ਸੂਜੀ ਉਹ ਇੱਥੋਂ ਵੇਖ ਲਾ ਆ ਵੇਖੋ ਜੀ ਨਮਕ ਮਿਰਚਾਂ ਹਲਦੀ ਮੇਥੀ ਅਨਾਰਦਾਣਾ ਜੀਰਾ ਅਤੇ ਜਵੈਣ ਠੀਕ ਹੋ ਗਿਆ ਜੀ ਤੋ ਇਹ ਉਹ ਲੱਗਿਆ ਵਾ ਅਤੇ ਹੁਣ खावे पराठे पूरे भार ना जिन्हें जिन्हें खाने भाई देख लो देख ही सकते हो यार कोशिश करो बनाने की भी घर ने नवी आइटम बनाई है ਆਪਾਂ ਨੂੰ ਬੁਰਕੀ ਲਾ ਕੇ ਚੈੱਕ ਕਰਾਂਗੇ ਨਜ਼ਾਰਾ ਦੇਵਾਂਗੇ ਵੀ ਡੈਡੀ ਜਾਨ ਨੇ ਸਾਡੇ ਨੇ ਬਹੁਤ ਮਿਹਨਤ ਮੁਸ਼ਕਤ ਕੀਤੀ ਆ ਅਤੇ ਕਿੱਦਾਂ ਦਾ ਬਣਿਆ ਵਾ ਨਾਲ ਚਟਨੀ ਲਾਵਾਂਗੇ ਆਪਾਂ ਪੂਰੇ ਭਾਰ ਨਾਲ ਫਿਰ ਤੂੰ ਚੈੱਕ ਕਰਾਉਣਾ ਫਿਰ ਮੈਂ ਕਰਾਂਗਾ ਵਾਹ 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 ਮਜ਼ਾ ਆ ਗਿਆ ਬਈ ਅੱਗੀ ਖਾ ਰਹੀ ਹੈ ਤੂੰ ਇਹ ਬਾਜੀ ਉੱਤੇ ਵੇਖ ਕੀ ਖਾ ਰਹੀ ਹੈ ਮੂੰਹ ਭਰਿਆ ਵੇ ਡੋਲਦਾ ਪਾਣੀ ਮਰਜ਼ੀ ਆ ਭਾ ਮੈਂ ਨਾ ਇਹ ਵੱਡਾ ਹੋ ਕੇ ਨਹੀਂ ਦੇਖੇ ਤਾਂ ਨਹੀਂ ਬਿਲਕੁਲ ਜੀ ਬਿਲਕੁਲ ਸਹੀ ਕਹਿੰਦੇ ਵੱਡੇ ਭਾਈ ਫਿਰ ਜਿਹੜੀ ਬੇਇੱਜ਼ਤੀ ਹੋਣ ਰਹੀ ਆ ਮੈਨੂੰ ਨਜ਼ਾਰਾ ਆ ਰਿਹਾ ਵਾ ਭਾ ਕਿੱਦਾਂ ਬਣੇ ਪਰਾਠੇ ਰਾਠੇ ਪਾਪਾ ਜੇ ਬਣਾਉਂਦੇ ਮੈਂ ਤਾਂ ਹਲੇ ਖਾਣੇ ਆ ਕਿੱਧਰ ਤੇ ਖਾਣੇ ਆ ਯੂਟਿਊਬ ਫੈਮਲੀ ਤੁਸੀਂ ਵੇਖਿਆ ਨਾ ਇਹ ਉੱਥੇ ਬੈਠਾ ਅੱਧੇ ਅੱਧੇ ਰਾਤੀ ਲੱਗਾ ਸੀ ਪੂਰੇ ਭਾਰ ਨਾਲ ਖਾਣਾ ਅਤੇ ਮੈਨੂੰ ਕਹਿੰਦਾ ਮੈਂ ਖਾਣੇ ਆ ਹਜੇ ਭਾਈ ਉਹ ਮੈਂ ਚੈੱਕ ਨਹੀਂ ਹਲੇ ਕੀਤੇ ਉਹ ਖਾਦੇ ਆ ਚੱਕ ਕੇ ਮੈਂ ਹਲੇ ਕਰਨੇ ਆ ਨਾ ਭਾਈ ਤੂੰ ਬਾਈ ਕੰਮ ਤੇ ਕੰਮ ਦੋ ਪਰਾਠੇ ਖਾ ਲਿਆ ਤੈਨੂੰ ਮੈਂ ਦੋ ਫੜਾਏ ਇਹਨਾਂ ਨੇ ਮੈਂ ਬਾਈ ਦੋ ਪਰਾਠੇ ਫੜਾਏ ਆ ਨਹੀਂ ਨਹੀਂ ਭਾਈ ਚੂ ਲਓ ਜੀ ਯੂਟਿਊਬ ਫੈਮਲੀ ਹੁਣ ਮੈਨੂੰ ਲੱਗਦਾ ਮੇਰੀ ਵਾਰੀ ਆ ਗਈ ਆ ਅਤੇ ਹੁਣ ਮੈਂ ਖਾਣ ਲੱਗਾ ਵਾਂ ਤੁਸੀਂ ਵੀ ਚੈੱਕ ਕਰਿਓ ਹਾਂ ਅਤੇ ਆਉਣਗੇ ਮੈਂ ਕਾਲ ਆਇਆ ਸੀਗਾ ਅਤੇ ਮੈਨੂੰ ਇਹ ਸੀਗਾ ਵੀ ਕੋਈ ਸਬਜ਼ੀ ਪਕਾਈ ਹੋਣੀ ਆ ਅਤੇ ਪਰ ਡੈਡੀ ਜਾਨ ਨੇ ਖੀਰੀ ਕਰ ਦਿੱਤੀ ਆ ਨਜ਼ਾਰੇ ਲਿਆਤੇ ਆ ਆਇਆ ਲੈ ਲਾ ਲਓ ਯੂਟਿਊਬ ਫੈਮਲੀ ਚੈੱਕ ਕਰੋ ਜਰਾ ਨਜ਼ਾਰੇ ਆਉਣਗੇ ਆ ਆ ਵੇਖੋ ਜੀ ਲੱਛੇਦਾਰ ਫੁੱਲ ਭਾਰ ਨਾਲ ਵਾ ਇੱਧਰ ਵੇਖੋ ਲੱਛੇ ਹੀ ਲੱਛੇ ਓਏ ਹੋਏ ਹੋਏ ਵੇਖੋ ਤਾਂ ਯਾਰ ਲੱਛਿਆ ਆਹ ਵਿੱਚ ਕਾਲਾ ਕਾਲਾ ਅਨਾਰਦਾਣਾ ਵਾ ਕੁਛ ਹੋਰ ਨਾ ਸਮਝੋ ਯਾਰ ਆ ਵਿੱਚ ਅਨਾਰਦਾਣਾ ਪਾਇਆ ਕਾਲਾ ਕਾਲਾ ਆ ਲੱਗ ਚਟਨੀ ਪਈ ਆ ਆਪਣੀ ਹੁਣ ਖਾਵਾਂਗੇ ਆਪਾਂ ਪੂਰੇ ਭਾਰ ਨਾਲ ਚੱਸ ਆ ਗਏ ਬਈ ਪਾਪਾ ਜੀ ਨਜ਼ਾਰੇ ਦੇ ਹੱਥ ਯਾਰ ਵਾਹ 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 ਬਣਾਉਂਦਾ ਇਹ ਬਸ ਬਣਾਉਂਦਾ।
ਮਜ਼ਾ ਨਹੀਂ ਆਇਆ ਯਾਰ। ਇੱਕ ਤੂੰ ਗੁਲਾਬ ਸੁੱਟ ਦੇ ਫਟਾਫਟ ਥੱਲੇ। ਹਾਂ ਤੂੰ ਇੱਧਰ ਲੁੱਡੋ ਕਿੱਧਰ ਆਉਣ ਹੋ ਰਹੀ ਹੈ। ਲੁੱਡੋ ਖਾਣ ਦੀ ਕਿਸੇ ਨੇ ਕੇਲੇ ਖਾਣੇ ਆ ਤਾਂ ਆ ਜਾਓ ਅਤੇ 30 ਰੁਪਏ ਦਰਜਨ ਲਿਆਉਂਦੇ ਆ। ਇਹ ਭਰਾ ਜੀ ਅਜੇ ਵੇਖਦੇ ਪਏ ਸੀਗੇ ਬਹੁਤ ਸਸਤੇ ਅਤੇ ਮੈਂ ਸੋਚਿਆ ਚੱਲ ਘਰਦਿਆਂ ਵਾਸਤੇ ਲੈ ਜਾਈਏ, ਘਰਦਿਆਂ ਵਾਸਤੇ ਮੁਹੱਬਤ ਵੰਡ ਹੀ ਦਈਏ। ਅਤੇ ਯੂਟਿਊਬ ਫੈਮਿਲੀ ਮੈਂ ਆਉਣਾ ਸੀਗਾ ਅਤੇ ਮੈਂ ਸੋਚਦਾ ਪਿਆ ਸੀਗਾ ਵੀ ਯਾਰ ਕਿਤੇ ਨਾ ਕਿਤੇ ਨਾ ਕੇਲੇ ਲੱਗੇ ਹੋਣ, ਸਸਤੇ ਕਿਤੇ ਕੇਲੇ ਲੱਗੇ ਹੋਣ। ਹਾਂ ਹਾਂ ਮੈਂ ਕੇਲਾ ਦੇਣਾ ਅਤੇ ਉਹ ਨਾ ਰੱਬ ਵੱਲੋਂ ਹੀ ਨਾ ਇੱਕ ਉੱਥੇ ਟੱਕਰ ਗਿਆ ਬੰਦਾ, ਉਹ 30 ਰੁਪਈਏ ਦਰਜਨ ਦੇਣ ਰਿਹਾ ਸੀਗਾ। ਅਕੇਲਾ ਤੁਸੀਂ ਦੇ ਸਕਦੇ ਹੋ ਕਿੱਡਾ ਵੱਡਾ ਜੀ। ਮੈਂ ਸੋਚਿਆ ਚੱਲ ਘਰਦਿਆਂ ਵਾਸਤੇ ਨਾ ਬੜੀ ਮੁਹੱਬਤ ਨਾਲ ਕੇਲਾ ਲੈ ਜਾਈਏ ਕਿ ਭਾਈ ਘਰ ਕੇਲੇ ਲਿਆਉਂਦੇ ਜਦੋਂ ਖਾਧੇ ਤੋਂ ਫਿੱਕੇ ਪਾ ਕਿੱਦਾਂ ਦੇ ਬਣੇ ਪਰਾਠੇ? ਮੈਂ ਜਮਾਂ ਜੀ ਇੱਕ ਨੰਬਰ। ਅੱਛਾ ਅਤੇ ਚਟਨੀ ਵੀ ਨਾਲ ਲੈ ਆਈ ਯਾਰ, ਸਾਰੀ ਤੂੰ ਖਾ ਗਿਆ ਮੈਨੂੰ ਕਹਿੰਦਾ ਚਟਨੀ। ਯੂਟਿਊਬ ਫੈਮਿਲੀ ਆ ਗੱਲਾਂ ਚੰਗੀਆਂ ਨਹੀਂ ਹੈਗੀਆਂ ਸਾਡੇ ਵਾਸਤੇ, ਪਤਲੇ ਪਤਲੇ ਪਰਾਠੀਆਂ ਹੀ ਆ ਅਤੇ ਹੁਣ ਆਪਣੀ ਵਾਰੀ ਆਈ ਤਾਂ ਮੋਟੇ ਮੋਟੇ ਪਰਾਠੇ ਆ ਵੇਖੋ ਤਾਂ ਸਹੀ ਹਾਂ ਯਾਰ, ਆ ਪਰਾਠੇ ਦੀ ਮਿਠਾਈ ਵੇਖ ਲਓ ਕਿੰਨੀ ਆ, ਵੇਖੋ ਤਹਿਵਾਂ ਤਹਿਵਾਂ ਲਾਈਆਂ, ਵੇਖੋ ਕਿੱਦਾਂ ਆ ਵੇਖੋ ਲੱਛੀਆਂ ਜੀ ਤਹਿਵਾਂ। ਅਤੇ ਸਾਡੀ ਤੋਂ ਵਾਰੀ ਆਈ ਸੀ ਤਾਂ ਯਕੀਨ ਮੰਨੋ ਇੰਨੇ ਇੰਨੇ ਪਤਲੇ ਪਤਲੇ ਪਰਾਠੇ, ਆ ਸਾਡੇ ਘਰ ਦਾ ਕੰਮ ਚੈੱਕ ਕਰੋ ਤੁਸੀਂ, ਸਾਰੇ ਵਧੀਆ ਹੋ ਗਏ ਤਕੜੇ ਹੋ ਗਏ। ਅਤੇ ਮੈਂ ਆਇਆ ਸੀਗਾ ਹੁਣੇ ਘਰ ਅਤੇ ਭਾਈ ਡੈਡੀ ਜਾਨ ਦੇਖਿਆ ਤਾਂ ਡੈਡੀ ਜਾਨ ਪੂਰੇ ਭਾਰ ਨਾਲ ਪਰਾਠੇ ਬਣਾਉਂਦੇ ਸੀਗੇ, ਲੱਛੇਦਾਰ ਪਰਾਠੇ।